ਸਤਿ ਸ਼੍ਰੀ ਅਕਾਲ ਪੂਰੇ ਪੰਜਾਬ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋਗੇ ਪਰ ਕਿਉਂਕਿ ਤੁਹਾਡੇ ਕੋ ਕੋਈ ਕਾਰਨ ਦਾ ਸਾਡੀ ਪੰਜਾਬ ਦੀ ਸਰਕਾਰ ਨੇ ਕੋ ਛੱਡਿਆ ਨਹੀਂ ਹੈ ਖੁਸ਼ ਰਹਿਣ ਦਾ ਤੁਹਾਨੂੰ ਹਰ ਪਾਸੇ ਤੋਂ ਲੁੱਟਿਆ ਜਾ ਰਿਹਾ ਜਿੰਨੇ ਤੁਸੀਂ ਚਾਰ ਦੇ ਨਾਲ ਸਾਢੇ 3 ਸਾਲ ਪਹਿਲਾਂ ਇਸ ਸਰਕਾਰ ਨੂੰ ਚੁਣਿਆ ਸੀ ਇਹ ਸੋਚਦੇ ਹੋਏ ਕਿ ਇਹ ਸਰਕਾਰ ਤੁਹਾਡੇ ਬੱਚਿਆਂ ਦਾ ਮਸੀਹਾ ਬਣੂਗੀ ਸਾਡੇ ਕਿਸਾਨਾਂ ਦਾ ਮਸੀਹਾ ਬਣੂਗੀ ਸਾਡੇ ਬੇਰੋਜ਼ਗਾਰ ਦੋਸਤਾਂ ਨੂੰ ਰੋਜ਼ਗਾਰ ਦੇਵੇਗੀ ਜਾਂ ਸਾਡੇ ਬਜ਼ੁਰਗਾਂ ਨੂੰ ਪੈਨਸ਼ਨਾਂ ਦੇਵੇਗੀ ਮਤਲਬ ਇਸ ਤਰ੍ਹਾਂ ਦੀ ਕੋਈ ਵੀ ਸਹੂਲਤ ਸਾਨੂੰ ਦੇਣੀ ਤਾਂ ਇੱਕ ਪਾਸੇ ਉਲਟਾ ਸਾਡੇ ਕੋਲ ਖੋਈਆਂ ਗਈਆਂ ਜਿਹੜੀਆਂ ਸਹੂਲਤਾਂ ਸਾਨੂੰ ਦਿੱਤੀਆਂ ਜਾ ਰਹੀਆਂ ਸੀ ਹੁਣ ਸਾਡੇ ਇਸ ਸਮੇਂ ਦੇ ਵਿੱਚ ਇੱਕ ਬਹੁਤ ਹੀ ਵੱਡੀ ਪੈਂਡੈਮਿਕ ਬਹੁਤ ਵੱਡੀ ਇੱਕ ਬਿਮਾਰੀ ਬਹੁਤ ਵੱਡੀ ਮਹਾਮਾਰੀ ਦੇ ਰੂਪ ਵਿੱਚ ਪੂਰੀ ਦੁਨੀਆ ਦੇ ਵਿੱਚ ਕਰੋਨਾ ਚੱਲ ਰਿਹਾ ਹੈ ਇਹ ਕਰੋਨਾ ਇੱਕ ਬੜਾ ਲੰਮਾ ਵਿਸ਼ਾ ਹੈ ਮੇਰੀ ਉਹਦੇ ਬਾਰੇ ਬਹੁਤ ਇੱਕ ਅਲੱਗ ਵਿਚਾਰ ਧਾਰਾ ਹੈ ਮੈਂ ਉਹਦੇ ਨਾਲ ਤੋਂ ਬਾਅਦ ਵਿੱਚ ਗੱਲ ਕਰੂੰਗਾ ਪਰ ਮੈਂ ਛੋੜ ਦੇ ਵਿੱਚ ਇਹ ਕਹੂੰਗਾ ਇਹ ਇੱਕ ਬਹੁਤ ਵੱਡਾ ਪ੍ਰੋਪਾਗੈਂਡਾ ਹੈ ਇਸ ਪ੍ਰੋਪਾਗੈਂਡੇ ਦੀ ਆਰਟ ਦੇ ਵਿੱਚ ਹਰ ਇੱਕ ਦੇਸ਼ ਜ਼ਿਆਦਾਤਰ ਦੇਸ਼ ਆਪਣੇ ਲੋਕਾਂ ਨੂੰ ਵੇਚ ਰਹੇ ਨੇ ਆਪਣੇ ਦੇਸ਼ ਨੂੰ ਵੇਚ ਰਹੇ ਨੇ ਇਹਦੇ ਪਿੱਛੇ ਬਹੁਤ ਵੱਡਾ ਰੈੱਡ ਮਾਫੀਆ ਚੱਲ ਰਿਹਾ ਇਹਦੇ ਪਿੱਛੇ ਬਹੁਤ ਵੱਡਾ ਮੈਡੀਕਲ ਮਾਫੀਆ ਚੱਲ ਰਿਹਾ ਇਹਦੇ ਪਿੱਛੇ ਬਹੁਤ ਵੱਡਾ ਮੈਡੀਸਨ ਮਾਫੀਆ ਚੱਲ ਰਿਹਾ ਕਰੋਨਾ ਪੇਸ਼ੈਂਟ ਨੂੰ ਤੁਸੀਂ ਹੱਥ ਨਹੀਂ ਲਗਾ ਸਕਦੇ ਕੀ ਪਤਾ ਉਹਦੇ ਵਿੱਚ ਕਿਹੜਾ ਕਿਹੜਾ ਉਹਦਾ ਹਿੱਸਾ ਕੱਢਿਆ ਗਿਆ ਕਿਹੜਾ ਨਹੀਂ ਚਲੋ ਇੱਕ ਅਲੱਗ ਵਿਸ਼ਾ ਅਸੀਂ ਦੇ ਵਿੱਚ ਇਹਦੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ ਪਰ ਸਾਥੀਓ ਅੱਜ ਜਦ ਮੈਂ ਗੱਲ ਕਰਦਾ ਸਾਡੀ ਇੱਕ ਬਹੁਤ ਹੀ ਗੰਭੀਰ ਸਮੱਸਿਆ ਜਦੋਂ ਕਰੋਨਾ ਕਾਲ ਦੇ ਵਿੱਚ ਪੂਰਾ ਪੰਜਾਬ ਬੰਦ ਸੀ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਅਗਾਹ ਕੀਤਾ ਵੀ ਮੈਂ ਠੇਕੇ ਖੋਲ ਰਿਆ ਠੇਕਿਆਂ ਤੋਂ ਭਾਵ ਸ਼ਰਾਬ ਦੇ ਠੇਕੇ ਖੋਲ ਰਿਆ ਤੁਸੀਂ ਜਾ ਕੇ ਜਿੰਨੀ ਹੋ ਸਕਦਾ ਸ਼ਰਾਬ ਪੀਓ ਤਾਂ ਕਿ ਮੈਂ ਰੈਵਨਿਊ ਇਕੱਠਾ ਕਰਕੇ ਆਪਣੇ ਪੰਜਾਬ ਨੂੰ ਚਲਾਣ ਦੀ ਕੋਸ਼ਿਸ਼ ਕਰਾਂ ਪੂਰੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੀ ਬੇਇੱਜ਼ਤੀ ਕੀਤੀ ਗਈ ਹੈ ਇਹ ਉਹ ਪੰਜਾਬ ਹੈ ਜਿਹੜਾ ਮਹਾਨ ਯੋਧੇ ਪੈਦਾ ਕਰਦਾ ਸੀ ਇਹ ਉਹ ਪੰਜਾਬ ਹੈ ਜਿਨੇ ਸਾਡੇ ਦੇਸ਼ ਦੇ ਲਈ ਲੜਨ ਲਈ ਸਾਨੂੰ ਆਜ਼ਾਦੀ ਲਈ ਸੈਨਾਨੀ ਪੈਦਾ ਕੀਤੇ ਨੇ ਇਹ ਉਹ ਦੇਸ਼ ਹੈ ਜਿਹੜਾ ਹਰ ਜੰਗ ਦੇ ਵਿੱਚ ਹਿੱਕ ਡਾ ਕੇ ਸਭ ਤੋਂ ਅੱਗੇ ਖੜਾ ਹੋਇਆ ਤੇ ਸਾਡੇ ਅੱਜ ਦੇ ਮਾਨਯੋਗ ਮੁੱਖ ਮੰਤਰੀ ਕਹਿੰਦੇ ਆ ਕਿ ਆ ਸਾਡੇ ਪੰਜਾਬ ਦਾ ਜਿਹੜਾ ਤਾਮਜਾਮ ਹੈ ਸਾਡੇ ਪੰਜਾਬ ਦੀ ਜਿਹੜੀ ਤਰੱਕੀ ਖੁਸ਼ਹਾਲੀ ਹੈ ਜਿਹੜੀ ਉਹਦੀ ਚੱਲਣ ਦੀ ਪ੍ਰਕਿਰਿਆ ਹੈ ਉਹ ਸ਼ਰਾਬ ਤੇ ਨਿਰਭਰ ਕਰਦੀ ਹੈ ਕਿੱਡੇ ਬੇਸ਼ਰਮੀ ਦੀ ਗੱਲ ਐ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਲੀਲ ਕਰਤਾ ਸਾਡੇ ਮੁੱਖ ਮੰਤਰੀ ਜੀ ਨੇ ਫਿਰ ਉਹ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ ਵਾਲੇ ਕੌਣ ਲੋਕ ਨੇ ਇਹ ਵੀ ਸਾਡੇ ਮਾਨਜੋ ਮੁੱਖ ਮੰਤਰੀ ਜੀ ਨੂੰ ਪਤਾ ਹੋਵੇਗਾ ਇਹਦੇ ਵਿੱਚ ਕੋਈ ਸ਼ੱਕ ਕੋਈ ਦੂਰ ਆਏ ਨਹੀਂ ਕਿ ਉਹ ਉਹਨਾਂ ਦੇ ਆਪਣੇ ਚਹੇਤੇ ਨੇ ਮੈਂ ਇੱਥੇ ਉਹਨਾਂ ਦੇ ਨਾਮ ਲੈ ਕੇ ਕਿਸੇ ਨੂੰ ਨਿੱਜੀ ਹਮਲਾ ਨਹੀਂ ਕਰਨਾ ਚਾਹੁੰਦਾ ਪਰ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਪਤਾ ਉਹ ਕੌਣ ਲੋਕ ਨੇ ਸ਼ਰਾਬ ਇੱਕ ਨਸ਼ਾ ਹੈ ਲੋਕਾਂ ਨੂੰ ਨਸ਼ੇ ਦੇ ਵਿੱਚ ਬੇਸੁੱਧ ਕਰਕੇ ਪੂਰੇ ਪੰਜਾਬ ਨੂੰ ਵੇਚਿਆ ਜਾ ਰਿਹਾ ਹੈ ਉਹਨਾਂ ਦੇ ਬੰਨਦੇ ਹੱਕ ਨਹੀਂ ਦਿੱਤੇ ਯਾਰੇ ਟੀਚਰਾਂ ਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਸਕੂਲ ਬੰਦ ਕੀਤੇ ਜਾ ਰਹੇ ਨੇ ਹਰ ਇੱਕ ਸੈਕਟਰ ਦੇ ਵਿੱਚ ਪੰਜਾਬ ਨੂੰ ਵੇਚਿਆ ਜਾ ਰਿਹਾ ਇੱਕ ਇਹ ਵੀ ਇਹ ਸਾਡਾ ਵਿਸ਼ਾ ਅਲੱਗ ਹੋ ਜਾਏਗਾ ਮੈਂ ਮੁੜ ਕੇ ਕਰੋਨਾ ਤੇ ਲੈ ਕੇ ਆਨਾ ਸੋ ਪੰਜਾਬ ਦੀ ਸਰਕਾਰ ਨੇ ਸ਼ਰਾਬਾਂ ਵੇਚਣੀਆਂ ਚਾਲੂ ਕਰ ਦਿੱਤੀਆਂ ਸੀ ਸਾਰਿਆਂ ਤੋਂ ਪਹਿਲਾਂ ਲੇਕਿਨ ਅੱਜ ਕੀ ਹੋਇਆ ਉਹਨਾਂ ਦੇ ਹੀ ਕੁ ਚਿਹਤਿਆਂ ਦੀਆਂ ਫੈਕਟਰੀਆਂ ਦੇ ਵਿੱਚੋਂ ਜਿਹੜੀਆਂ ਸ਼ਰਾਬਾਂ ਨਿਕਲ ਕੇ ਆਈਆਂ ਸ਼ਰਾਬ ਇੱਕ ਜ਼ਹਿਰ ਹੈ ਮੈਂ ਬਾਰ ਬਾਰ ਕਹੂੰਗਾ ਸ਼ਰਾਬ ਇੱਕ ਜ਼ਹਿਰ ਹੈ ਉਹਨਾਂ ਦੇ ਚਾਹੇਤਿਆਂ ਨੇ ਉਸ ਜ਼ਹਿਰ ਦੇ ਵਿੱਚ ਵੀ ਹੋਰ ਜ਼ਹਿਰ ਮਿਲਾ ਕੇ ਕਹਿੰਦੇ ਸੀ ਲੋਕਾਂ ਨੂੰ ਬੇਸੁੱਧ ਨਹੀਂ ਕਰਨਾ ਲੋਕਾਂ ਨੂੰ ਮਾਰ ਦੋ ਅੱਜ ਦੇ ਸਮੇਂ ਦੇ ਵਿੱਚ ਸੈਂਕੜੇ ਲੋਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਪੰਜਾਬ ਦੇ ਵਿੱਚ ਉਹਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਸਾਡੇ ਕੈਪਟਨ ਸਾਹਿਬ ਜ਼ਿੰਮੇਵਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਜ਼ਿੰਮੇਵਾਰ ਨੇ ਜਾਂ ਫਿਰ ਕੌਣ ਜ਼ਿੰਮੇਵਾਰ ਹੈ ਸਵਾਲ ਦਾ ਜਵਾਬ ਤਾਂ ਸਰ ਤੁਹਾਨੂੰ ਦੇਣਾ ਹੀ ਪਵੇਗਾ ਬਹੁਤ ਲੋਕਾਂ ਨੇ ਤੁਹਾਨੂੰ 77 ਸੀਟਾਂ ਦੇ ਕੇ ਤੁਹਾਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਿਠਾਇਆ ਹੋਇਆ ਜਵਾਬ ਤਾਂ ਤੁਹਾਨੂੰ ਦੇਣਾ ਹੀ ਬਣਦਾ ਸਰ ਤੁਸੀਂ ਪੈਸਾ ਕਮਾ ਲਓ ਰੇਤੇ ਤੇ ਕਮਾ ਲਓ ਸ਼ਰਾਬ ਤੋਂ ਕਮਾ ਲਓ ਲੇਕਿਨ ਜ਼ਿੰਦਗੀਆਂ ਤਾਂ ਬਖਸ਼ ਦਿਓ ਸਰ ਮੇਰੀ ਪੂਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰੀਜ਼ ਆਪ ਦੇ ਆਪ ਦੇ ਬੱਚਿਆਂ ਦੇ ਲਈ ਕਿਰਪਾ ਕਰਕੇ ਇਕੱਠੇ ਹੋ ਜੋ ਇਸ ਸਰਕਾਰ ਤੋਂ ਸਵਾਲਾਂ ਦੇ ਜਵਾਬ ਪੁੱਛੋ ਇਹਨਾਂ ਨੂੰ ਕਟਹਾਰੇ ਦੇ ਵਿੱਚ ਖੜਾ ਕਰਕੇ ਪੁੱਛੋ ਭਾਈ ਤੁਸੀਂ ਕੀ ਕਹਿੰਦੇ ਸੀ ਕਰਨ ਲਈ ਤੇ ਤੁਸੀਂ ਕੀ ਕਰ ਰਹੇ ਹੋ ਨਸ਼ੇ ਖਤਮ ਕਰਨ ਦੇ ਨਾਮ ਤੇ ਅੱਜ ਸ਼ਰਾਬਾਂ ਦੇ ਵਿੱਚ ਜ਼ਹਿਰ ਪਾ ਕੇ ਤੁਹਾਡੇ ਪਰਿਵਾਰਾਂ ਨੂੰ ਮਾਰਿਆ ਜਾ ਰਿਹਾ ਜਿੱਥੇ ਸਾਨੂੰ ਸਵਾਲ ਪੁੱਛਣ ਦੀ ਲੋੜ ਹੈ ਉੱਥੇ ਸਰਕਾਰਾਂ ਨੂੰ ਚਾਹੀਦਾ ਐਨੀ ਬਿਸ਼ਰਮ ਸਰਕਾਰ ਨੂੰ ਚਾਹੀਦਾ ਕਿ ਆਪ ਦੇ ਪਦਾਂ ਤੋਂ ਅਸਤੀਫੇ ਦੇ ਕੇ ਸਾਈਡ ਤੇ ਬੈਠ ਜਾਏ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਰਕਾਰ ਦਾ ਰੈਵਨਿਊ ਕਿੱਥੋਂ ਇਕੱਠਾ ਹੁੰਦਾ ਪੰਜ ਪੜੇ 12 ਪੜੇ 10 ਪੜੇ ਤੁਸੀਂ ਸਿੱਖਿਆ ਮੰਤਰੀ ਲਾ ਰਹੇ ਐਨੇ ਬਿਸ਼ਰਮ ਲੋਕ ਹੋ ਤੁਸੀਂ ਬਿਲਕੁਲ ਸ਼ਰਮ ਨਹੀਂ ਤੁਹਾਨੂੰ ਸਾਰੇ ਨੇਤਾਮਾ ਦੇ ਬੱਚੇ ਵਿਦੇਸ਼ਾਂ 'ਚ ਪੜਦੇ ਉਹਨਾਂ ਨੂੰ ਕੀ ਫਿਕਰ ਐਥੇ ਕੀ ਹੋ ਰਿਹਾ ਤੋ ਸਾਥੀਓ ਅੱਜ ਪੜਾਈ ਖੋਲੀ ਤੁਹਾਡੇ ਕੋਲੋਂ ਹੁਣ ਤੁਹਾਨੂੰ ਮਾਰਿਆ ਜਾ ਰਿਹਾ ਸੋ ਬੇਨਤੀ ਹੈ ਸਾਰੇ ਇਕੱਠੇ ਹੋ ਜੋ ਸਰਕਾਰ ਤੋਂ ਜਵਾਬ ਪੁੱਛੋ ਧੰਨਵਾਦ ਜੀ